ਸਤਿਗੁਰ ਦੀ ਸਾਰਿਆਂ ਨੂੰ ਸੋਣਦੇ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਜੇਕਰ ਗੱਲ ਅੱਜ ਦੀ ਗਿਣਤੀ ਦੀ ਕੀਤੀ ਜਾਵੇ ਤਾਂ ਅੱਜ ਇਟਲੀ ਦੇ ਵਿੱਚ ਜਿਹੜੇ ਟੋਟਲ ਕੇਸ 2278 ਨਵੇਂ ਆਇਆ ਜੀ 27 ਬੰਦਿਆਂ ਦੀ ਮੌਤ ਹੋਈ ਹੈ 2745 ਮਰੀਜ਼ ਠੀਕ 84808 ਅੱਜ ਵੀ ਇਟਲੀ ਦੇ ਵਿੱਚ ਪੋਜ਼ੀਟਿਵ ਬੰਦਾ ਮੌਜੂਦ ਹੈ ਜੀ 217044 ਟੋਟਲ ਇਟਲੀ ਦੇ ਵਿੱਚ ਟੈਸਟ ਕੀਤੇ ਗਏ ਨੇ 0.84 ਅੱਜ ਦੀ ਤਾਸ਼ੋ ਦੀ ਪੋਜ਼ਿਟਿਵਿਟੀ ਤਾਂ ਚੱਲ ਰਹੀ ਸੀ ਵੱਧਿਆ ਸਭ ਤੋਂ ਪਹਿਲੇ ਅਪਡੇਟ ਵਾਲਾ ਅਪਡੇਟ ਆ ਰਿਹਾ ਜੀ ਰੋਮਾ ਤੋਂ ਰੋਮਾ ਦੇ ਇੱਕ ਪ੍ਰੰਤੂ ਸਕੋਰ ਸਵਰਜੈਂਸੀ ਹਸਪੀਟਲ ਦੇ ਵਿੱਚ ਲੋਕਾਂ ਨੇ ਹਮਲਾ ਬੋਲ ਦਿੱਤਾ ਜੀ ਹਮਲਾ ਬੋਲਿਆ ਤਾਂ ਜੀ ਕਿਉਂਕਿ ਜਿਹੜੇ ਕੱਲ ਧਰਨੇ ਲੱਗੇ ਸੀ ਪ੍ਰੋਟੈਸਟ ਲੱਗੇ ਸੀ ਜੋ ਕਿ ਸਰਕਾਰ ਵੱਲੋਂ ਮਨਜ਼ੂਰੀ ਪ੍ਰਾਪਤ ਨਹੀਂ ਸਨ ਪ੍ਰੋਟੈਸਟ ਧਰਨੇ ਜਿਹੜੇ ਲਾਇਏ ਸੀ ਜਿਹਦੇ ਵਿੱਚ ਪੁਲਿਸ ਵਾਲਿਆਂ ਨਾਲ ਤੇ ਜਿਹੜੀ ਭੀੜ ਸੀ ਉਹਨਾਂ ਦੇ ਨਾਲ ਕਾਫੀ ਹਾਫਤਾ ਫਾਈ ਹੋਈ ਆ ਜੀ ਅਥਰੂ ਗੈਸ ਸਟੀਆ ਉਹਨਾਂ ਨੇ ਬੰਬ ਸਟੇਆ ਉਹਨਾਂ ਨੇ ਬਾਅਦ ਚੋਂ ਲਾਠੀ ਚਾਰਜ ਕੀਤਾ ਕਾਫੀ ਆਪਸ ਵਿੱਚ ਲੜਾਈ ਹੋਈ ਸੀ ਤੇ ਇੱਕ ਬੰਦਾ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਜਿਹਨੂੰ ਫੜਿਆ ਗਿਆ ਤੇ ਉਸ ਬੰਦੇ ਦੀ ਜਿਹੜੀ ਸਿਹਤ ਖਰਾਬ ਹੋਈ ਸੀ ਉਸੇ ਵੇਲੇ ਉਹਦਾ ਉਹਦੇ ਸੱਟਾਂ ਲੱਗੀਆਂ ਹੁਣ ਜਦੋਂ ਪੁਲਿਸ ਨੇ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਹਫੜਾ ਦਫੜੀ ਹੋਈ ਸੀ ਤੇ ਜਿਸ ਬੰਦੇ ਨੂੰ ਹਸਪੀਟਲ ਤੇ ਲੈ ਕੇ ਗਿਆ ਹਸਪੀਟਲ ਦੇ ਵਿੱਚ ਉਹਨਾਂ ਨੂੰ ਪੁੱਛਿਆ ਆਪਣਾ ਨਾਮ ਵਗੈਰਾ ਦੱਸ ਉਹਨੇ ਹਰ ਕੁਝ ਦੱਸਣ ਤੋਂ ਇਨਕਾਰ ਕਰਤਾ ਤੇ ਉਸ ਤੋਂ ਬਾਅਦ ਉੱਥੇ ਪੁਲਿਸ ਵਾਲਿਆਂ ਦੇ ਨਾਲ ਜਿਹੜੇ ਉੱਥੇ ਨਰਸਾਂ ਸੀ ਉਹਨਾਂ ਦੇ ਨਾਲ ਵੀ ਉਹ ਲੜਨ ਨੂੰ ਤਿਆਰੀ ਕਰ ਲਿਆ ਤੇ ਉਸ ਤੋਂ ਬਾਅਦ ਉਸੇ ਹੀ ਰਾਤ ਕੱਲ ਹੀ ਰਾਤ ਨੂੰ ਫਿਰ 40 ਬੰਦੇ ਤਕਰੀਬਨ ਇੱਕ ਗਰੁੱਪ ਆ ਜਿਨ੍ਹਾਂ ਨੇ ਹਸਪੀਟਲ ਦੇ ਵਿੱਚ ਤਹਿਸ ਨਹਿਸ ਮਰਜ਼ਾ ਦਿੱਤੀ ਤੇ ਪੇਸ਼ੈਂਟਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਆਪਣੇ ਦਰਵਾਜ਼ੇ ਲੋਕ ਕੀਤੇ ਤੇ ਇੱਕ ਨਰਸ ਦੇ ਸਿਰ ਦੇ ਵਿੱਚ ਬੋਤਲ ਲੱਗੀ ਛੱਟ ਲੱਗੀ ਫਿਲਹਾਲ ਉਹਦੇ ਨੁਕਸਾਨ ਜ਼ਿਆਦਾ ਨਹੀਂ ਹੋਇਆ ਪਰ ਫੱਟੜ ਨਰਸ ਵੀ ਹੋ ਚੁੱਕੀ ਹੈ ਜੀ ਅਗਲਾ ਅਪਡੇਟ ਆਪਣਾ ਆ ਰਿਹਾ ਜੀ ਰੇਜੋ ਐਮੀਲੀਆ ਤੋਂ ਰੇਜੋ ਮੀਲਿਆ ਪੈਨ ਕੁਆਟਰੋ ਕਾਸਟੇਲਾ ਦੇ ਵਿੱਚ ਇੱਕ 27 ਸਾਲ ਦੇ ਮੁੰਡੇ ਨੂੰ 27 ਸਾਲ ਦੇ ਬੰਦੇ ਨੂੰ ਤਕਰੀਬਨ 4500 ਰੋਜ਼ ਦਾ ਜੁਰਮਾਨਾ ਕੀਤਾ ਗਿਆ 4000 ਐਰੋ ਦਾ ਜੁਰਮਾਨਾ ਕਰਨ ਦਾ ਕਾਰਨ ਕੀ ਸੀ ਜੇ 10-10 ਐਰੋ ਦਾ ਉਹਨੇ ਟਿਕਟ ਰੱਖੀ ਤੇ ਉੱਥੇ ਆਗਰੀ ਟੂਰਿਜ਼ਮ ਉਹ ਜਿੱਥੇ ਵੈਸੇ ਖਾਣ ਪੀਣ ਲਈ ਜਾਂਦਾ ਉੱਥੇ ਉਹਨੇ ਆਗਰੀ ਟੂਰਿਜ਼ਮ ਉਹਦੇ ਵਿੱਚ ਇੱਕ ਫੈਸਲਾ ਇੱਕ ਪਾਰਟੀ ਇਨਵਾਈਟ ਕੀਤੀ ਤੇ 350 ਬੰਦਾ ਉੱਥੇ ਬੁਲਾਏ ਤੇ 350 ਬੰਦਾ ਕੋਈ ਗ੍ਰੀਨ ਪਾਸ ਦੀ ਲੋੜ ਨਹੀਂ ਕੋਈ ਸੋਸ਼ਲ ਡਿਸਟੈਂਸ ਦੀ ਲੋੜ ਨਹੀਂ ਇੱਕ ਪਾਰਟੀ ਸੀ ਤੇ ਕਹਿੰਦਾ 10 ਰੁਪਏ ਦੋ ਅੰਦਰ ਆਓ ਤੇ ਤਕਰੀਬਨ 4400 ਏਰੋ ਦਾ ਉਹਨੂੰ ਜੁਰਮਾਨਾ ਕੀਤਾ ਗਿਆ ਤੇ ਜਿਹੜੇ ਸਾਢੇ 300 ਬੰਦੇ ਆ ਜੀ ਹੁਣ ਜਿਹੜੀਆਂ ਉੱਤੇ ਫੋਟੋਆਂ ਆ ਜਿਹੜੀਆਂ ਵੀਡੀਓ ਬਣ ਰਹੀਆਂ ਸਨ ਕੋਈ ਲਾਈਵ ਹੋ ਰਿਹਾ ਸੀਗਾ ਉਹਨਾਂ ਦੇ ਵਿੱਚੋਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਦਾਂ ਹੀ ਪਤਾ ਲੱਗਦਾ ਕਿ ਉਹ ਬੰਦੇ ਕਿਹੜੇ ਸੀ ਸਾਰਿਆਂ ਨੂੰ ਫਿਰ 4400 ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਤਾਂ ਜੋ ਕੋਈ ਹੋਰ ਇਦਾਂ ਦੀਆਂ ਜਿਹੜੀਆਂ ਪਾਰਟੀਆਂ ਹੋਣੀਆਂ ਇਲੈਗਲ ਪਾਰਟੀਆਂ ਜਿਹੜੀਆਂ ਇਹਨਾਂ ਦਾ ਇਸਾ ਨਾ ਬਣੇ ਜੀ ਅਗਲਾ ਅਪਡੇਟ ਆਪਣਾ ਪਾਕਿਸਤਾਨ ਤੋਂ ਆ ਰਿਹਾ ਜੀ ਪਾਕਿਸਤਾਨ ਦੇ ਵਿੱਚ ਡਾਕਟਰ ਅਬਦੁਲ ਕਾਦਰ ਖਾਨ ਜੀ ਕਦੀਰ ਖਾਨ ਦੀ ਮੌਤ ਹੋ ਗਈ ਹੈ ਕੋਵਿਡ ਦੇ ਨਾਲ 85 ਸਾਲ ਉਹਨਾਂ ਦੀ ਉਮਰ ਤੇ ਦੱਸਿਆ ਜਾ ਰਿਹਾ ਹੈ ਕਿ ਐਟੋਮਿਕ ਬੰਬ ਜਿਹੜੀ ਐਟੋਮਿਕ ਸ਼ਕਤੀ ਪਾਕਿਸਤਾਨ ਨੂੰ ਉਹਨਾਂ ਦੇ ਵੱਲੋਂ ਹੀ ਮਿਲੀ ਸੀ ਉਹਨਾਂ ਨੇ ਹੀ ਬਣਾਇਆ ਸੀ 15 ਅਕਤੂਬਰ ਤੋਂ ਗ੍ਰੀਨ ਪਾਸ ਸਾਰੇ ਪਾਸੇ ਹੋ ਜਾਣਾ ਲਾਜ਼ਮੀ ਸਾਰੇ ਪਰਸੇ ਕੰਪਲਸਰੀ ਹੋ ਜਾਣਾ ਕੰਮ ਵਾਲੀਆਂ ਜਗ੍ਹਾਵਾਂ ਤੇ ਪਰ ਬਹੁਤ ਵੱਡੀ ਪ੍ਰੋਬਲਮ ਪੈਣ ਜਾ ਰਹੀ ਹੈ ਜਿੱਦਾਂ ਕਿ ਪਹਿਲਾਂ ਦੱਸਿਆ ਜਿੱਥੇ ਫਰੂਟ ਦੇ ਕੰਮ ਚੱਲਦੇ ਆ ਖੇਤੀਬਾੜੀ ਦੇ ਕੰਮ ਚੱਲਦੇ ਉਹਨਾਂ ਦੇ ਵਿੱਚ ਜਾਂ ਫਿਰ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਜਿਨ੍ਹਾਂ ਦੇ ਸਪੁਤਨਿਕ 5 ਜਾਂ ਫਿਰ ਉਹ ਵੈਕਸੀਨ ਲੱਗੀ ਜੋ ਯੂਰਪ ਦੇ ਵਿੱਚ ਅਪਰੂਵ ਨਹੀਂ ਹੈਗੀ ਉਹਨਾਂ ਦਾ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਊਗਾ ਪਰ ਇਸ ਤੋਂ ਬਾਅਦ ਜਿਹੜਾ ਇਟਲੀ ਦਾ ਸ਼ਿਪ ਸਮੁੰਦਰੀ ਮਹਿਕਮਾ ਸਮੁੰਦਰੀ ਮਹਿਕਮੇ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ ਤਾਂ ਨੈਵੀ ਦੇ ਵਿੱਚ ਬਹੁਤ ਸਾਰੇ ਬੰਦੇ ਇਦਾਂ ਦੇ ਨੇ ਜਿਨ੍ਹਾਂ ਨੇ ਹੁਣ ਤੱਕ ਵੈਕਸੀਨ ਨਹੀਂ ਲਵਾਏ ਤੇ 15 ਅਕਤੂਬਰ ਤੋਂ ਜਦੋਂ ਗ੍ਰੀਨ ਪਾਸ ਲਾਗੂ ਹੋ ਜਾਣਾ ਤਾਂ ਉਹ ਬੰਦੇ ਫਿਰ ਸ਼ਿਪਾਂ ਦੇ ਵਿੱਚ ਨਹੀਂ ਜਾ ਸਕਣਗੇ ਤੇ ਜਿਹਦੇ ਨਾਲ ਇਟਲੀ ਦੇ ਵਿੱਚ ਜਿਹੜਾ ਜਿੱਦਾਂ ਇੰਗਲੈਂਡ ਦੇ ਵਿੱਚ ਪ੍ਰੋਬਲਮ ਪੈ ਗਈ ਹੈ ਪੰਗਾ ਪਿਆ ਹੋਇਆ ਕਿ ਸਮਾਨ ਨਹੀਂ ਪਹੁੰਚ ਰਿਹਾ ਤੇ ਇਟਲੀ ਦੇ ਵਿੱਚ ਵੀ ਇੰਪੋਰਟ ਐਕਸਪੋਰਟ ਦਾ ਜਿਹੜਾ ਬਹੁਤ ਵੱਡਾ ਬਹੁਤ ਵੱਡਾ ਪੰਗਾ ਪੈ ਸਕਦਾ ਸੀ ਬਹੁਤ ਵੱਡਾ ਗਾਹ ਪੈ ਸਕਦਾ ਸਮਾਨ ਇਟਲੀ ਦੇ ਵਿੱਚ ਮਹਿੰਗਾ ਤੇ ਇਟਲੀ ਦੇ ਵਿੱਚ ਵੀ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ ਇਸ ਕਰਕੇ ਸਰਕਾਰ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਇਸ ਜਿਹੜਾ 15 ਅਕਤੂਬਰ ਵਾਲਾ ਕਾਨੂੰਨ ਹੈ ਇਹਦੇ ਨੂੰ ਮੜੀ-ਮੋਟੀ ਦੇਖਭਾਲ ਕੀਤੀ ਜਾਵੇ ਜੀ ਇਟਲੀ ਦੇ ਵਿੱਚ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਇਟਲੀ ਨੂੰ ਜਿੱਤੇ ਚੇਤਾਵਨੀ ਹੈ ਬਰੂਤਸੋ ਕਲਾਬਰੀਆ ਐਮੀਲਿਆ ਰੋਮਾਨੀਆ ਮੂਲਿਜ਼ੇ ਪੂਲਿਆ ਤੇ ਸਿਚੀਲਿਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪੀਲੇ ਜ਼ੋਨ ਦੇ ਵਿੱਚ ਅਤੇ ਜਿਹੜਾ ਪੂਲਿਆ ਪੂਲਿਆ ਦੇ ਵਿੱਚ ਸੰਤਰੀਜ਼ ਹੋਣਾ ਸੰਤਰੀਜ਼ ਹੋਣ ਦਾ ਮਤਲਬ ਕੀ ਹੈ ਜੀ ਕਿ ਉੱਥੇ ਮੀ ਕਣੀ ਨੇਰੀ ਜਿਹੜੀ ਆ ਜਿਆਦਾ ਪੈ ਸਕਦੀ ਹੈ ਜੀ ਬਰੇਸ਼ਿਆ ਦੇ ਵਿੱਚ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਨੇ ਹਮੇਸ਼ਾ ਹੀ ਜਿਆਦਾ ਲੋਡ ਰਹਿੰਦੀਆਂ ਨੇ ਜਿਨ੍ਹਾਂ ਦੇ ਕਾਰਨ ਜੋ ਕਈ ਵਾਰ ਜਿਹੜੇ ਸਕੂਲ ਵਿੱਚ ਜਾ ਰਹੇ ਨੇ ਸਟੂਡੈਂਟ ਉਹ ਕਹਿੰਦੇ ਨੇ ਕਿ ਅਸੀਂ ਅਗਲੀ ਬੱਸ ਦੇ ਵਿੱਚ ਚੱਲ ਜਾਾਂਗੇ ਦੋ ਕੁੜੀਆਂ ਬੇਹੋਸ਼ ਹੋ ਗਈਆਂ ਕਿਉਂਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਾਹ ਨਹੀਂ ਸਿਆ ਰਿਹਾ ਬੱਸ ਫੁੱਲ ਸੀ ਤੇ ਇਸ ਕਾਰਨ ਹੁਣ ਆਉਣ ਵਾਲੇ ਹਫ਼ਤੇ ਦੇ ਵਿੱਚ ਦੋ ਹਫ਼ਤੇ ਬਾਅਦ ਜਿਹੜੇ ਬਰੇਸ਼ੀਆ ਦੇ ਜਿਹੜੇ ਸਟੂਡੈਂਟ ਆ ਉਹ ਸਟ੍ਰਾਈਕ ਕਰਨ ਲੱਗੇ ਆ ਜੀ ਬੱਸਾਂ ਵਾਲਿਆਂ ਦੇ ਖਿਲਾਫ ਅਤੇ ਕੱਲ ਨੂੰ ਟ੍ਰੇਨਾਂ ਦੀ ਹਵਾਈ ਜਹਾਜ਼ਾਂ ਦੀ ਬੱਸਾਂ ਦੀ ਮੈਟਰੋ ਦੀ ਦੱਸਿਆ ਜਾ ਰਿਹਾ ਕਿ ਸਟ੍ਰਾਈਕ ਹੋਣ ਜਾ ਰਹੀ ਹੈ ਅੱਜ ਰਾਤ 10 ਅਕਤੂਬਰ ਨੂੰ 9 ਵਜੇ ਤੋਂ ਹੀ ਟ੍ਰੇਨਾਂ ਦੀ ਜਿਹੜੀ ਸਟ੍ਰਾਈਕ ਸ਼ੁਰੂ ਹੋ ਜਾਣੀ ਹੈ ਜੀ ਪੂਰੀ ਇਟਲੀ ਦੇ ਵਿੱਚ ਸਟ੍ਰਾਈਕ ਆ ਤੇ ਇਹਦਾ ਜੋ ਹਿੱਸਾ ਲੈ ਰਹੇ ਨੇ ਜਿਹੜੀ ਕੋਬਸ ਵਾਲੀਆਂ ਜਾਂ ਫਿਰ ਹੋਰ ਸਿੰਧਾਕਾਤੀ ਆ ਸਾਰੇ ਹੀ ਲੈ ਰਹੇ ਨੇ ਫਿਰ ਚਾਹੇ ਉਹ ਬੱਸਾਂ ਜਾਂ ਟ੍ਰੇਨਾਂ ਚਾਹੇ ਸਕੂਲਾਂ ਦੇ ਜਾਣੀਆਂ ਹੁਣ ਜਾਂ ਫਿਰ ਆਫਿਸ ਜਿਹੜਾ ਪਬਲਿਕ ਟਰਾਂਸਪੋਰਟ ਆ ਸਰਕਾਰੀ ਕੰਮ ਮੰਦੇ ਲਈ ਜਾਂਦੀ ਹੋਣ ਜਿਹੜੀ ਵੀ ਹੋਊਗੀ ਟ੍ਰੇਨ ਤ੍ਰੇਣੀ ਤਾਲੀਆ ਈਤਲੋ ਤੇਜ ਦੇ ਨਾਲ ਜਿਹੜੀਆਂ ਟਰામ ਮੀਟਰੋ ਤੇ ਬੱਸਾਂ ਨੇ ਸਾਰੀਆਂ ਨੇ ਸਟ੍ਰਾਈਕ ਕਰਨੀ ਹੈ ਜੀ ਬਹੁਤ ਤਕੜਾ ਕਾਹਖਾਨਾ ਅੱਜ ਰਾਤ 9 ਵਜੇ ਤੋਂ ਸਟ੍ਰਾਈਕ ਸ਼ੁਰੂ ਹੋ ਜਾਣੀ ਹੈ ਤੇ ਕੱਲ ਦਾ ਦਿਨ ਇਹ ਸ਼ਾਇਦ 9 ਵਜੇ ਤੱਕ ਰਾਤ ਦੇ 9 ਵਜੇ ਤੱਕ ਰਹੇਗੀ ਇਸ ਕਾਰਨ ਹੋ ਸਕਦਾ ਬਹੁਤ ਸਾਰੇ ਸਟੇਸ਼ਨਾਂ ਦੇ ਉੱਤੇ ਬੱਸਾਂ ਨਾ ਆਣ ਬਹੁਤ ਸਾਰੇ ਸਟੇਸ਼ਨਾਂ ਦੇ ਉੱਤੇ ਕਾਰਾਂ ਜਾਂ ਫਿਰ ਬੱਸਾਂ ਬੱਸਾਂ ਜਾਂ ਫਿਰ ਰੇਲਨਾਂ ਨਾ ਆਣ ਤੇ ਕਾਰਨ ਕੀ ਹੈ ਜੀ ਕਾਰਨ ਇਹ ਹੈ ਜੀ ਜਿਹੜਾ ਇੱਕ ਜੌਬ ਐਕਟੋ ਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ ਸਾਨੂੰ ਫਰੇਚੇ ਇੰਟਰ ਸਿਟੀ ਰੀਜਨ ਵਾਲੀ ਇਹ ਕਹਿ ਰਹੇ ਨੇ ਕਿ ਸਾਨੂੰ ਸਾਡੇ ਜਿਹੜੇ ਪੈਸੇ ਵਧਾਣੇ ਚਾਹੀਦੇ ਸਾਨੂੰ ਛੁੱਟੀਆਂ ਦੇਣੀਆਂ ਚਾਹੀਦੀਆਂ ਤੇ 6 ਤੋਂ 9 ਵਜੇ ਤੱਕ ਜਿਹੜੀ ਸ਼ੌਪਰੋ ਅੱਜ ਜਿਹੜੇ ਵੀ ਟਾਈਮ ਹੈਗੇ ਆ ਸ਼ੌਪਰੋ ਦੇ ਕਿਸੇ ਪਾਸੇ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਕਿਸੇ ਪਾਸੇ ਸ਼ਾਮ ਦੇ 6 ਤੋਂ ਰਾਤ ਦੇ 9 ਵਜੇ ਤੱਕ ਜਾਨੀ ਸ਼ੌਪਰੋ ਨਹੀਂ ਕਰਨੀ ਹੈ ਟਾਈਮ ਇਹੀ ਹੈ ਕਹਿੰਦੇ ਸਾਨੂੰ ਛੁੱਟੀਆਂ ਜ਼ਿਆਦਾ ਦਿੱਤੀਆਂ ਜਾਣ ਸਾਡੇ ਪੈਸੇ ਵਧਾਏ ਜਾਣ ਤੇ ਸਾਡਾ ਜਿਹੜਾ ਕੰਮ ਜਿਹੜਾ ਘਟਾਇਆ ਜਾਵੇ ਘੰਟੇ ਘਟਾਏ ਜਾਣ ਪਰ ਪੈਸੇ ਵਧਾਏ ਜਾਣ ਸਰਕਾਰ ਦੇ ਕੋਲ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਕਹਿ ਰਹੇ ਨੇ ਕਿ ਸਾਡਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਸਾਡੇ ਨਾਲ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜੀ ਲਾਸਟਲੇ 24 ਘੰਟਿਆਂ ਦੇ ਵਿੱਚ ਜਰਮਨ ਦੇ ਵਿੱਚ ਆਏ 7612 ਕੇਸ ਅਤੇ 24 ਮਰੀਜ਼ਾਂ ਦੀ ਹੋਈ ਮੌਤ ਆਲਟਵਾਡੀ ਦੇ ਵਿੱਚ 36 ਕੇਸ ਅਤੇ 1 ਦੀ ਹੋਈ ਮੌਤ ਗ੍ਰੀਨਵਾਸ ਦੇ ਖਿਲਾਫ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਜੀ ਪਰੰਤੋ ਸਕੋਰਸੋ ਦੇ ਵਿੱਚ ਜਿਹੜੇ 4 ਬੰਦੇ ਫੱਟਰ ਹੋਣ ਦੀ ਇੱਕ ਨਵਾਂ ਅਪਡੇਟ ਆਇਆ ਜੀ ਪਹਿਲਾਂ ਉੱਥੇ ਇੱਕ ਨਰਸ ਸੀ ਫਿਰ ਉਸ ਤੋਂ ਬਾਅਦ ਚਾਰ ਬੰਦਿਆਂ ਦੀ ਹੋਰ ਆ ਗਈ ਹੈ ਜੀ ਤੇ ਉਸ ਤੋਂ ਬਾਅਦ ਜਿਹੜੇ ਸੀਜਲ ਵਾਲਿਆਂ ਦੇ ਉੱਤੇ ਵੀ ਹਮਲਾ ਕੀਤਾ ਜਿਨ੍ਹਾਂ ਦੇ ਆਫਿਸਾਂ ਦੇ ਮੋਹਰੇ ਸਾਰੇ ਜਿੰਨੇ ਵੀ ਚਾਹੇ ਉਹ ਆਪਣੇ ਸਿਹਤ ਮੰਤਰੀ ਹੋਣ ਚਾਹੇ ਜਾਂ ਹੋਰ ਆਪੋਜੀਸ਼ਨ ਪਾਰਟੀ ਦੇ ਹੋਣ ਸਾਰੇ ਇਸ ਟਾਈਮ ਆਪਣੇ ਬਿਆਨ ਦੇ ਰਹੇ ਨੇ ਕਿ ਕੱਲ ਜੋ ਹੋਇਆ ਬਹੁਤ ਹੀ ਗਲਤ ਸੀ ਚਾਹੇ ਜੋ ਅੱਜ ਹੋਇਆ ਉਹ ਵੀ ਬਹੁਤ ਗਲਤ ਆ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੀ ਲੋੜ ਹੈ ਜੀ ਅਤੇ ਜੋ ਮੁੱਤ ਭੇੜ ਹੋਈ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ 600 ਬੰਦੇ ਇਹਨਾਂ ਦੇ ਵਿੱਚ ਆਈਡੈਂਟੀਫਾਈ ਕਰ ਲਏ ਜੋ ਕਿ ਬਰੇਸ਼ੀਆ ਪਾਦਵਾ ਮਾਂਤਵਾ ਵਿਰੋਧਨ ਤਰੀਨੋਂ ਮਿਲਨ ਨੂੰ ਵੈਰ ਗਊ ਪੇਸ ਰਾਂ ਕੋਨਾ ਫਿਰ ਕਹਿ ਸਕਦੇ ਆ ਕਿ ਤਕਰੀਬਨ ਅੱਧੀ ਇਟਲੀ ਤੋਂ ਇਹ ਗਏ ਸਨ ਉੱਥੇ ਬੰਦਿਆਂ ਦੇ ਨਾਲ ਲੜਨ ਦੇ ਨਾਲ ਪ੍ਰੋਟੈਸਟ ਕਰਨ ਦੇ ਨਾਲ ਤੇ 600 ਬੰਦਾ ਆਈਡੈਂਟੀਫਾਈ ਕਰ ਲਿਆ ਗਿਆ ਹੁਣ ਇਹ ਜਿਹੜਾ 600 ਬੰਦਾ ਆ ਇਹਨਾਂ ਨੂੰ ਜਰਮਾਨੇ ਤਗੜੇ ਕੀਤੇ ਜਾਣਗੇ ਸਕੂਲਾਂ ਵੱਲ ਚੱਲਦੇ ਨੇ ਜੀ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਇੱਕ ਪੋਜ਼ਿਟਿਵ ਆਣ ਦੇ ਨਾਲ ਹੀ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ ਪਰ ਇਟਲੀ ਦੇ ਵਿੱਚ ਸਰਕਾਰ ਕਰਨ ਜਾ ਰਹੀ ਹੈ ਇੱਕ ਨਵਾਂ ਫੈਸਲਾ ਜਿਹੜੀਆਂ ਸਟੇਟਾਂ ਨੇ ਇਟਲੀ ਦੇ ਸੂਬਿਆਂ ਤੇ ਜਿਹੜੇ ਇਟਲੀ ਦੇ ਜਿੰਨੇ ਵੀ ਸੂਬਿਆਂ ਦੇ ਪ੍ਰਧਾਨ ਨੇ ਅਗਲੇ ਹਫ਼ਤੇ ਦਿਨ ਸੋਮਵਾਰ ਨੂੰ ਕੱਲ ਪਰਸੋਂ ਨੂੰ ਮੀਟਿੰਗ ਹੋਣੀ ਹੈ ਜੀ ਜਿਸ ਮੀਟਿੰਗ ਦੇ ਵਿੱਚੋਂ ਇਹਨਾਂ ਨੇ ਸਹਿਨ ਜੇਕਰ ਕਰ ਦਿੱਤੇ ਤਾਂ ਨਵਾਂ ਕਾਨੂੰਨ ਇਹ ਆ ਜਾਣਾ ਕਿ ਜੇਕਰ ਇੱਕ ਕਲਾਸ ਦੇ ਵਿੱਚ ਤਿੰਨ ਸਟੂਡੈਂਟ ਪੋਜ਼ਿਟਿਵ ਆਂਦੇ ਆ ਤਾਂ ਹੀ ਪੂਰੀ ਕਲਾਸ ਨੂੰ ਕੁਆਰੰਟਾਈਨ ਕਰਨਾ ਨਹੀਂ ਤਾਂ ਸਿਰਫ ਟੈਸਟ ਕਰਕੇ ਦੁਬਾਰਾ ਕਲਾਸ ਸ਼ੁਰੂ ਕਰ ਦੇਣੀ ਹੈ ਇੱਕ ਸਟੂਡੈਂਟ ਪੋਜ਼ਿਟਿਵ ਆਣ ਦੇ ਨਾਲ ਪੂਰੀ ਕਲਾਸ ਨੂੰ ਕੁਆਰੰਟਾਈਨ ਨਹੀਂ ਕੀਤਾ ਜਾਊਗਾ ਜਿਨ੍ਹਾਂ ਦੀ ਉਮਰ 12 ਸਾਲ ਤੋਂ ਉੱਤੇ ਆ 12 ਸਾਲ ਦੇ ਤੋਂ ਥੱਲੇ ਜਿਹੜੇ ਘੱਟ ਉਮਰ ਦੇ ਇੱਕ ਪੋਜ਼ਿਟਿਵ ਤਾਂ ਸਾਰੇ ਕੁਆਰੰਟਾਈਨ 12 ਸਾਲ ਤੋਂ ਉੱਤੇ ਵਾਲਿਆਂ ਦੇ ਲਈ ਤਿੰਨ ਪੋਜ਼ਿਟਿਵ ਤਾਂ ਹੀ ਕੁਆਰੰਟਾਈਨ ਹੋਣੀ ਹੈ ਤੇ ਜਿਨ੍ਹਾਂ ਸਟੂਡੈਂਟਾਂ ਨੇ ਵੈਕਸੀਨ ਨਹੀਂ ਲਵਾਈ ਉਹਨਾਂ ਸਟੂਡੈਂਟਾਂ ਨੂੰ ਆਨਲਾਈਨ ਸਟੱਡੀ ਕਰਨੀ ਪੈਣੀ ਹੈ ਕਿ ਇਹ ਕਰ ਇਸ ਰਹਾ ਵੀ ਘੱਟ ਤੋਂ ਘੱਟ ਜਿਹੜਾ ਜੀ ਦਾਕਤਿਕਾ ਦੇ ਸਤਾਨ ਸਾਂ ਆਨਲਾਈਨ ਸਟੱਡੀ ਹੈ ਜਿਹੜੀ ਘੱਟ ਤੋਂ ਘੱਟ ਕਰਾਈ ਜਾਵੇ ਜੀ ਅਤੇ ਕੋਈ ਦਾਤੋ ਟੈਕਨੀਕੋ ਸੈਂਟੀਫੀਕੋ ਦੇ ਜਿਹੜੇ ਲੋਕਾਂ ਤੇ ਲਈ ਅਸੀਂ ਪ੍ਰਦਾਨ ਕਹਿ ਸਕਦੇ ਹਾਂ ਕਹਿ ਰਹੇ ਨੇ ਕਿ ਇਟਲੀ ਦੇ ਵਿੱਚ ਜੇਕਰ ਵੈਕਸੀਨ ਦੀ ਗੱਲ ਕਰੀ ਜਾਵੇ ਤਾਂ ਪਹਿਲੀ ਵੈਕਸੀਨ ਦੀ ਡੋਜ਼ 85% ਅਤੇ ਦੂਸਰੀ ਵੈਕਸੀਨ ਦੀ ਡੋਜ਼ 80% ਤੱਕ ਬੰਦਿਆਂ ਨੇ ਲਵਾ ਲਈ ਹੈ ਤੇ ਇਹ ਉਹ ਰਿਜ਼ਲਟ ਹੈ ਜੋ ਕਿ ਅਸੀਂ ਚਾਹਦੇ ਸੀ ਤੇ ਅੱਜ ਮਿਲਾਨ ਦੇ ਵਿੱਚ ਵੀ ਪ੍ਰੋਟੈਸਟ ਹੋਇਆ ਜੀ ਗ੍ਰੀਨ ਪਾਸ ਦੇ ਖਿਲਾਫ ਹਰ ਸ਼ਨੀਵਾਰ ਐਤਵਾਰ ਨੂੰ ਪ੍ਰੋਟੈਸਟ ਹੁੰਦੀ ਹੈ ਫਿਰ ਚਾਹੇ ਇਟਲੀ ਹੋਵੇ ਚਾਹੇ ਜਿਹੜਾ ਵੀ ਦੇਸ਼ ਹੋਵੇ ਤਕਰੀਬਨ ਪ੍ਰੋਟੈਸਟ ਹੁੰਦੇ ਆ ਤੇ ਮਿਲਾਨ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਇਹਨਾਂ ਦੇ ਵਿੱਚੋਂ 57 ਬੰਦਿਆਂ 'ਤੇ ਕੇਸ ਕੀਤਾ 57 ਬੰਦਿਆਂ ਨੂੰ ਇਹਨਾਂ 'ਤੇ ਐਫ ਆਈ ਆਰ ਦਰਜ ਹੋਈ ਅਤੇ ਇੱਕ ਬੰਦੇ ਨੂੰ ਅਰੇਸਟ ਕਰ ਲਿਆ ਗਿਆ ਜੀ। ਅਤੇ ਇਹ ਜੋ ਬੰਦੇ ਅਰੇਸਟ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਨਵੀਂ ਪਾਰਟੀ ਬਣਾਈ ਹੈ ਜਿਹਦਾ ਨਾਮ ਫੋਰਸ ਅ ਨੋਵਾ ਰੱਖਿਆ ਜੀ ਉਹਨਾਂ ਦਾ ਜਿਹੜਾ ਲੀਡਰ ਹੈ ਇਸ ਟਾਈਮ ਨਾਮ ਅਸੀਂ ਤੁਹਾਨੂੰ ਨਹੀਂ ਦੱਸਦੇ। ਉਹ ਕਹਿ ਰਹੇ ਨੇ ਜੀ ਕਹਿੰਦੇ ਕਿ ਸਾਨੂੰ ਜਿੱਦਾਂ ਮਰਜ਼ੀ ਅਰੇਸਟ ਕਰੀ ਚਲੋ ਜੇਲਾਂ ਭਰ ਦਾਂਗੇ ਪਰ ਸਾਨੂੰ ਡਰ ਨਹੀਂ ਲੱਗਦਾ ਪੁਲਿਸ ਤੋਂ ਅਸੀਂ ਇਸ ਗ੍ਰੀਨ ਪਾਸ ਦੇ ਖਿਲਾਫ ਜਾਵਾਂਗੇ ਅਸੀਂ ਗ੍ਰੀਨ ਪਾਸ ਦੇ ਹੱਕ ਦੇ ਵਿੱਚ ਨਹੀਂ ਆ ਜਿੱਨਾ ਚਿਰ ਸਰਕਾਰ ਗ੍ਰੀਨ ਪਾਸ ਦਾ ਕਾਨੂੰਨ ਵਾਪਸ ਨਹੀਂ ਲੈਂਦੀ ਮੁਤ ਭੀੜਾਂ ਧਰਨੇ ਪ੍ਰੋਟੈਸਟ ਲੜਾਈਆਂ ਹਰ ਰੋਜ਼ ਹੋਣਗੀਆਂ ਜੀ ਤੇ ਇਹਦੇ ਨਾਲ ਅੱਜ ਦੀਆਂ ਜੋ ਖਬਰਾਂ ਹਨ ਨੇ ਇੱਥੇ ਹੀ ਸਮਾਪਤ ਹੋਣੀਆਂ ਨੇ ਜੀ ਆਪਾਂ ਮਿਲਾਂਗੇ ਅਗਲੇ ਅਪਡੇਟ ਦੇ ਵਿੱਚ ਪਰ ਇੱਕ ਅਪਡੇਟ ਅਗਲੇ ਅਪਡੇਟ ਤੋਂ ਪਹਿਲਾਂ ਸੀ ਤੁਹਾਨੂੰ ਇੱਕ ਦੱਸਣਾ ਚਾਹਣਾ ਹੈ ਜੀ 에ਰਬੂਸ ਕੋ ਦੇ ਵਿੱਚ ਰੈਸਟੋਰੈਂਟ ਖੁੱਲਿਆ ਜੀ ਰੈਸਟੋਰੈਂਟ ਦਾ ਨਾਮ ਹੈ ਜੀ ਰਾਇਲ ਰੈਸਟੋਰੈਂਟ ਤੇ 바ਰ ਐਂਡ ਪizzeria ਇਹਦੇ ਵਿੱਚ ਜੇਕਰ ਬਰੇਸ਼ਰ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਇੱਕ ਵਾਰ ਜ਼ਰੂਰ ਜਾਓ ਜੀ ਇੱਥੇ ਟੇਬਲ ਬੁੱਕ ਕਰਾ ਸਕਦੇ ਹੋ ਪਾਰਟੀਆਂ ਕਰਾ ਸਕਦੇ ਹੋ ਬਿਆਹ ਸ਼ਾਦੀਆਂ ਦਾ ਸਾਰਾ ਫੰਕਸ਼ਨ ਉੱਥੇ ਕੀਤਾ ਜਾਂਦਾ ਜੀ ਪizzeria 바ਰ ਤੇ ਬੈਠਣ ਲਈ ਬੈਠਣ ਲਈ ਖੁੱਲੀ ਜਗ੍ਹਾ ਦੀ ਕੁਰਸੀਆਂ ਕੋਵਿਡ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਜੀ ਬੀਆ ਕੋਸਟ ਆਇਕਰ ਬੂਸਕੋ ਦੇ ਵਿੱਚ ਰੈਸਟੋਰੈਂਟ ਦਾ ਨਾਮ ਹੈ ਜੀ ਰਾਇਲ ਰੈਸਟੋਰੈਂਟ ਅਤੇ ਜੇਕਰ ਤੁਸੀਂ ਦੱਸੋਗੇ ਤੁਸੀਂ ਤਾਂ ਪੰਜਾਬੀ ਤੋਂ ਸੁਣ ਕੇ ਆਓ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਊਗਾ ਜੀ ਇਹਦੇ ਨਾਲ ਸਾਡੀਆਂ ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ ਨੇ ਜੀ ਮਿਲਾਂਗੇ ਅਗਲੇ ਅਪਡੇਟ ਦੇ ਵਿੱਚ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ